ਬੀਬੀ ਦੀ। ਸੋ ਇੱਕ ਵਾਰੀ ਫੇਰ ਤਾੜੀ ਲਾ ਦਿਓ ਪੂਰੀ ਸੰਗਤ ਲਈ, ਸਾਰੇ ਸੇਵਾਦਾਰਾਂ ਲਈ, ਦਰਬਾਰ ਲਈ ਇੱਕ ਮਿੱਠੀ ਤਾੜੀ। ਹਾਂਜੀ ਆ ਜਾਓ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਐਮ ਲਾਈਵ ਟੀਵੀ, ਕਬੱਡੀ ਟੂਰਨਾਮੈਂਟ, ਕ੍ਰਿਕਟ ਟੂਰਨਾਮੈਂਟ, ਸੱਭਿਆਚਾਰਕ ਮੇਲੇ, ਜਾਗਰਣ, ਵਿਆਹ ਸ਼ਾਦੀਆਂ, ਕੀਰਤਨ ਦੀਵਾਨ, ਸਾਰੇ ਹਰ ਤਰ੍ਹਾਂ ਦੇ ਪ੍ਰੋਗਰਾਮ ਦਾ ਟੈਲੀਕਾਸਟ ਕਰਵਾਉਣ ਲਈ ਹਮੇਸ਼ਾ ਇਸ ਟੀਮ ਨੂੰ ਯਾਦ ਰੱਖਿਓ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਥੈਂਕ ਯੂ। ਆਓ ਜੀ। ਹੈਲੋ, ਗੱਲ ਸੁਣ ਲੈ ਤੂੰ ਦਿਲਦਾਰਾ, ਕਿੱਦਣ ਦਾ ਲਾਉਣਾ ਲਾਰਾ, ਗੱਲ ਸੁਣ ਲੈ ਤੂੰ ਦਿਲਦਾਰਾ, ਕਿੱਦਣ ਦਾ ਲਾਉਣਾ ਲਾਰਾ, ਮੁੜ ਕੇ ਫਿਰ ਆ ਗਈ ਕਰਮੀ, ਕਹਿੰਦੀ ਹਾਂ ਫੇਰ ਦੁਬਾਰਾ, ਤਾਂ ਹੀ ਕਹਿੰਦੀ ਆ ਵੀ ਕਿੱਦਣ ਦਾ ਲਾਰਾ ਲਾਈ ਜਾਂਦਾ, ਸਿਮਲੀ ਨੂੰ ਵਕਤ ਚੱਲ ਵਧੀਆ ਰਹੇਗਾ। ਗੱਲ ਸੁਣ ਲੈ ਤੂੰ ਦਿਲਦਾਰਾ, ਕਿੱਦਣ ਦਾ ਲਾਉਣਾ ਲਾਰਾ, ਗੱਲ ਸੁਣ ਲੈ ਤੂੰ ਦਿਲਦਾਰਾ, ਕਿੱਦਣ ਦਾ ਲਾਉਣਾ ਲਾਰਾ, ਮੁੜ ਕੇ ਫਿਰ ਆ ਗਈ ਕਰਮੀ, ਕਹਿੰਦੀ ਹਾਂ ਫੇਰ ਦੁਬਾਰਾ, ਮੁੜ ਕੇ ਫਿਰ ਆ ਗਈ ਕਰਮੀ, ਕਹਿੰਦੀ ਹਾਂ ਫੇਰ ਦੁਬਾਰਾ, ਕਹਿੰਦੀ ਹਾਂ ਫੇਰ ਦੁਬਾਰਾ, ਕਹਿੰਦੀ ਹਾਂ ਫੇਰ ਦੁਬਾਰਾ, ਜਦੋਂ ਨਵੇਂ ਨਵੇਂ ਵਿਆਹੇ ਸੀ ਬਾਬਾ ਭਾਜੀ, ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਸੀ, ਬੜੇ ਮਿੱਠੇ ਪੋਚੇ ਲਾਏ ਇਹਨਾਂ ਨੇ, ਉਦੋਂ ਤਾਂ ਅੱਗੇ ਪਿੱਛੇ ਘੁੰਮਦੇ ਰਹਿੰਦੇ ਸੀ। ਓਏ ਪੋਚੇ ਤਾਂ ਮੈਂ ਅੱਜ ਵੀ ਲਾਉਣਾ, ਜਦੋਂ ਤੂੰ ਕੱਪੜੇ ਧੋਣੇ ਹੁੰਦੀ ਆ ਮੈਂ ਪੋਚੇ ਨਹੀਂ ਲਾਉਂਦਾ ਹੁੰਦਾ, ਇੰਨੀ ਕੁ ਤਾਂ ਹੈਲਪ ਬਣਦੀ ਆ। ਤੇ ਅੱਜ ਕੱਲ ਜਨਾਬ ਗੱਲ ਹੀ ਨਹੀਂ ਸੁਣਦੇ, ਗੱਲ ਸੁਣ ਲੈ ਤੂੰ ਦਿਲਦਾਰਾ, ਕਿੱਦਣ ਦਾ ਲਾਉਣਾ ਲਾਰਾ, ਗੱਲ ਸੁਣ ਲੈ ਤੂੰ ਦਿਲਦਾਰਾ, ਕਿੱਦਣ ਦਾ ਲਾਉਣਾ ਲਾਰਾ, ਮੁੜ ਕੇ ਫਿਰ ਆ ਗਈ ਕਰਮੀ, ਕਹਿੰਦੀ ਹਾਂ ਫੇਰ ਦੁਬਾਰਾ, ਮੁੜ ਕੇ ਫਿਰ ਆ ਗਈ ਕਰਮੀ, ਕਹਿੰਦੀ ਹਾਂ ਫੇਰ ਦੁਬਾਰਾ, ਕਹਿੰਦੀ ਹਾਂ ਫੇਰ ਦੁਬਾਰਾ, ਕਹਿੰਦੀ ਹਾਂ ਫੇਰ ਦੁਬਾਰਾ, ਘੁੰਮ ਕੇ ਕਿਤੇ ਆਵਾਂਗੇ, ਕਹਿੰਦਾ ਸੀ ਸੀ ਜਿੰਨ ਮਗਰਾ ਸ਼ਿਮਲੇ ਨੂੰ ਜਾਵਾਂਗੇ, ਕਹਿੰਦਾ ਸੀ ਕਣਕ ਵੱਢ ਕੇ ਸ਼ਿਮਲੇ ਨੂੰ ਜਾਵਾਂਗੇ, ਕਹਿੰਦਾ ਸੀ ਕਣਕ ਸਾਂਭ ਕੇ, ਜਦ ਹੈ ਲੈ ਕੇ ਜਾਊਂ ਸਾਰੀ ਤੇਰੀ ਰੀਝ ਪਗਾਉਂ, ਜਦ ਹੈ ਲੈ ਕੇ ਜਾਊਂ ਸਾਰੀ ਤੇਰੀ ਰੀਝ ਪਗਾਉਂ, ਟੌਪਸ ਵੀ ਲੈ ਕੇ ਦੇਣੇ ਸੋਹਣਾ ਤਨ ਸੂਰ ਸਮਾਉਂ, ਟੌਪਸ ਵੀ ਲੈ ਕੇ ਦੇਣੇ ਸੋਹਣਾ ਤਨ ਸੂਰ ਸਮਾਉਂ, ਸੋਹਣਾ ਤਨ ਸੂਰ ਸਮਾਉਂ, ਸੋਹਣਾ ਤੈਨੂੰ ਸੂਟ ਸਮਾਓ, ਉਹ ਕਰਨਾ ਤੂੰ ਵਹਿਮਨੀ ਆ ਝੋਨਾ ਹੁਣ ਲਾ ਲੈਣ ਦੇ, ਵੈਸੇ ਤਾਂ ਝੋਨਾ ਲਾ ਗਿਆ ਥੋੜਾ ਥੋੜਾ ਹੀ ਰਹਿ ਗਿਆ ਹੋਣਾ ਕਿਤੇ ਛੇਤਾ ਜਿਹਾ, ਉਹ ਝੋਨਾ ਹੁਣ ਲਾ ਲੈਣ ਦੇ, ਉਹ ਮੈਂ ਜਾਣਾ ਟਾਈਮ ਨੀ, ਝੋਨਾ ਹੁਣ ਲਾ ਲੈਣ ਦੇ, ਮੈਂ ਜਾਣਾ ਟਾਈਮ ਨੀ, ਝੋਨਾ ਹੁਣ ਲਾ ਲੈਣ ਦੇ, ਮੈਂ ਜਾਣਾ ਟਾਈਮ ਨੀ, ਚੱਲ ਤੇ ਦਿਨ ਮੇਲਿਆਂ ਵਾਲੇ ਹੈ ਲੈ ਕੇ ਜਾਊਂ ਸਾਰੀ ਤੇਰੀ ਰੀਝ ਪਗਾਉਂ, ਜਦ ਹੈ ਲੈ ਕੇ ਜਾਊਂ ਸਾਰੀ ਤੇਰੀ ਰੀਝ ਪਗਾਉਂ, ਟੌਸ ਵੀ ਲੈ ਕੇ ਦੇਣੇ ਸੋਹਣਾ ਤੈਨੂੰ ਸੂਟ ਸਮਾਉਂ, ਟੌਸ ਵੀ ਲੈ ਕੇ ਦੇਣੇ ਸੋਹਣਾ ਤੈਨੂੰ ਸੂਟ ਸਮਾਉਂ, ਸੋਹਣਾ ਤੈਨੂੰ ਸੂਟ ਸਮਾਉਂ, ਸੋਹਣਾ ਤੈਨੂੰ ਸੂਟ ਸਮਾਓ, ਉਹ ਕਰਨਾ ਤੂੰ ਵਹਿਮ ਨਹੀਂ।
ਹੋ ਚੱਲਦੇ ਦਿਨ ਝੋਨੇ ਵਾਲੇ ਓ ਮਿਲ ਜਾਣਾ ਟਾਈਮ ਨੀ ਚੱਲਦੇ ਦਿਨ ਝੋਨੇ ਵਾਲੇ ਮਿਲ ਜਾਣਾ ਟਾਈਮ ਨੀ ਚੱਲਦੇ ਦਿਨ ਝੋਨੇ ਵਾਲੇ ਮਿਲ ਜਾਣਾ ਟਾਈਮ ਨੀ ਝੋਨਾ ਹੋਰ ਲਾ ਲੈਣ ਦੇ ਆ ਜਾ ਫੋਟੋਆਂ ਦੀ ਕੀ ਪਰਵਾਹ ਕਰਦੀਆਂ ਐਮ ਲਾਈਵ ਟੀਵੀ ਵਾਲਿਆਂ ਨੇ ਦੇਖ ਲਾ ਲਾਈਵ ਕਰਿਆ ਪਿਆ ਪੂਰੀ ਦੁਨੀਆ ਦੇ ਵਿੱਚ ਫੋਟੋਆਂ ਜਾ ਰਹੀਆਂ ਨੇ ਇੱਕ ਵਾਰ ਜ਼ੋਰਦਾਰ ਤਾੜੀਆਂ 1 2 3 4 ਆਪਾਂ ਸ਼ਿਮਲੇ ਤੋਂ ਗਾਹਾਂ ਚੱਲਾਂਗੇ ਜਿੱਥੇ ਬਾਬਾ ਬਾਈ ਜੀ ਹੋਰੀ ਯੂਕੇ ਤੋਂ ਆ ਕੇ ਗਰਮੀਆਂ ਦੇ ਵਿੱਚ ਘੁੰਮਣ ਫਿਰਨ ਜਾਂਦੇ ਨੇ ਮੇਜਰ ਬਾਈ ਜੋਗਾ ਬਾਈ ਲੱਖਾ ਬਾਈ ਇਹਨਾਂ ਦੀ ਪੂਰੀ ਟੀਮ ਆ ਸਾਰੇ ਬਾਈ ਘੁੰਮ ਕੇ ਆਉਂਦੇ ਨੇਗੇ ਕਿੱਥੇ ਸ਼ਿਮਲੇ ਤੋਂ ਕੁੱਲੂ ਮਨਾਲੀ ਪੈਂਦੀ ਜਦ ਬਰਫ਼ ਦੀ ਵਾਲੀ ਸ਼ਿਮਲੇ ਤੋਂ ਕੁੱਲੂ ਮਨਾਲੀ ਪੈਂਦੀ ਜਦ ਬਰਫ਼ ਦੀ ਵਾਲੀ 15 ਦਿਨ ਹੋਰ ਠਹਿਰ ਜਾ ਬਹੁਤੀ ਤੂੰ ਕਰਨਾ ਕਾਲੀ 15 ਦਿਨ ਹੋਰ ਠਹਿਰ ਜਾ ਬਹੁਤੀ ਤੂੰ ਕਰਨਾ ਕਾਲੀ ਬਹੁਤੀ ਤੂੰ ਕਰਨਾ ਕਾਲੀ ਬਹੁਤੀ ਤੂੰ ਕਰਨਾ ਕਾਲੀ ਉਹ ਵੇਖਾਂਗੇ ਡੈਮ ਨੀ ਉਹ ਝੋਨਾ ਹੁਣ ਲਾ ਲੈਣ ਦੇ ਉਹ ਮਿਲ ਜਾਣਾ ਟਾਈਮ ਨੀ ਝੋਨਾ ਹੁਣ ਲਾ ਲੈਣ ਦੇ ਮਿਲ ਜਾਣਾ ਟਾਈਮ ਨੀ ਝੋਨਾ ਹੁਣ ਲਾ ਲੈਣ ਦੇ ਮੈਂ ਤਾਂ ਟਾਈਮ ਨੀ ਆ ਗਏ ਦਿਨ ਮੇਲਿਆਂ ਵਾਲੇ ਜਾਵਾਂਗੇ ਕਹਿੰਦਾ ਸੀ ਕਣਕ ਵੱਢ ਕੇ ਸ਼ਿਮਲੇ ਨੂੰ ਜਾਵਾਂਗੇ ਕਹਿੰਦਾ ਸੀ ਕਣਕ ਸਾਹ
ਖੇਤੋਂ ਜਦੋਂ ਘਰ ਨੂੰ ਆਉਂਦੇ ਦਾਰੂ ਨਾਲ ਮੀਟ ਮੰਗਾਉਂਦੇ, ਖੇਤੋਂ ਜਦੋਂ ਘਰ ਨੂੰ ਆਉਂਦੇ ਦਾਰੂ ਨਾਲ ਮੀਟ ਮੰਗਾਉਂਦੇ, ਵਿੱਚ ਨਾ ਫਿਰ ਪਾਣੀ ਪਾਉਂਦੇ ਸੁੱਕੀ ਨੂੰ ਰਗੜਾ ਲਾਉਂਦੇ, ਸੁੱਕੀ ਨੂੰ ਰਗੜਾ ਲਾਉਂਦੇ ਵਿੱਚ ਨਾ ਫਿਰ ਪਾਣੀ ਪਾਉਂਦੇ, ਭੋਰਾ ਨਾ ਪਾਣੀ ਪਾਉਂਦੇ ਜਵਾਂ ਨਾ ਪਾਣੀ ਪਾਉਂਦੇ, ਹੋਰ ਰਹਿੰਦੇ ਆ ਕੈਮ ਨੀ। ਲਾਲੀ ਸਾਹਿਬ ਸਹੀ ਗੱਲ ਹੈ, ਕਹਿੰਦੇ ਵੀ ਗਰਮੀ ਨੂੰ ਗਰਮੀ ਮਾਰਦੀ ਹੈ, ਕਈ ਬੰਦੇ ਆਹ ਗਰਮੀ ਦੇ ਵਿੱਚ ਵੀ ਪੈਗ ਲਾਈ ਜਾਂਦੇ ਨੇ, ਤੇ ਕੋਈ ਸਿਆਣਾ ਬੰਦਾ ਪੁੱਛਦਾ ਕਹਿੰਦਾ ਗਰਮੀ ਦਾ ਪਤੰਤਰਾ ਪਹਿਲਾਂ ਹੀ ਆ, ਤੂੰ ਪੈਗ ਲਾਉਣੋਂ ਫੇਰ ਨਹੀਂ ਹਟਦਾ, ਕਹਿੰਦਾ ਯਾਰ ਤੈਨੂੰ ਕੀ ਪਤਾ ਗਰਮੀ ਨੂੰ ਗਰਮੀ ਮਾਰਦੀ ਹੈ। ਸਹੀ ਗੱਲ ਸਰ, ਸੋ ਗਰਮੀ ਨੂੰ ਗਰਮੀ ਮਾਰ ਦਿੰਦੀ, ਇੱਕ ਵਾਰੀ ਪੈਗ ਵਾਲੇ ਬਾਈਆਂ ਨਾਲ ਤਾੜੀ ਲਾ ਦਿਓ, ਬੜੀ ਮਿਹਰਬਾਨੀ। ਉਹ ਮੈਂ ਜਾਣਾ ਟਾਈਮ ਨੀ ਝੋਨਾ ਹੁਣ ਲਾ ਲੈਣ ਦੇ, ਮੈਂ ਜਾਣਾ ਟਾਈਮ ਨੀ ਝੋਨਾ ਹੁਣ ਲਾ ਲੈਣ ਦੇ, ਮੈਂ ਜਾਣਾ ਟਾਈਮ ਨੀ ਝੋਨਾ ਹੁਣ ਲਾ ਲੈਣ ਦੇ, ਮੈਂ ਜਾਣਾ ਟਾਈਮ ਨੀ ਝੋਨਾ ਹੁਣ ਲਾ ਲੈਣ ਦੇ, 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 ਝੋਨਾ ਹੁਣ ਲਾ ਲੈਣ ਦੇ।